ਅੱਖਾਂ ਦੀ ਇਹ ਬਿਮਾਰੀ ਖੋ ਸਕਦੀ ਹੈ ਰੋਸ਼ਨੀ। ਉਮਰ ਭਰ ਦੇ ਲਈ ਗਵਾ ਸਕਦੇ ਹੋ ਆਪਣੀਆਂ ਅੱਖਾਂ। ਬੱਚੇ ਵੀ ਹੋ ਰਹੇ ਨੇ ਇਸ ਬਿਮਾਰੀ ਦਾ ਸ਼ਿਕਾਰ। ਅੱਖਾਂ ਸਾਡੇ ਸਰੀਰ ਦੇ ਵਿੱਚ ਬੇਹੱਦ ਹੀ ਜ਼ਿਆਦਾ ਕੀਮਤੀ ਕਹਿ ਲਓ ਜਾਂ ਬੇਹੱਦ ਹੀ ਜ਼ਿਆਦਾ ਲੋੜਵੰਦ ਕਹਿ ਲਓ ਅਤੇ ਬਹੁਤ ਹੀ ਜ਼ਿਆਦਾ ਸੋਹਣਾ ਅੰਗ ਹੁੰਦੀਆਂ ਨੇ। ਅੱਖਾਂ ਤੋਂ ਅਸੀਂ ਇਸ ਰੰਗੀਨ ਦੁਨੀਆਂ ਨੂੰ ਦੇਖਦੇ ਹਾਂ, ਅੱਖਾਂ ਤੋਂ ਅਸੀਂ ਆਪਣਿਆਂ ਨੂੰ ਦੇਖਦੇ ਹਾਂ ਤਾਂ ਮਹਿਸੂਸ ਕਰਦੇ ਹਾਂ। ਅੱਖਾਂ ਜੋ ਨੇ ਸਾਡੇ ਸਰੀਰ ਲਈ, ਸਾਡੇ ਜਿਉਣ ਦੇ ਲਈ ਬਹੁਤ ਜ਼ਰੂਰੀ ਅੰਗ ਨੇ, ਪਰ ਹੁਣ ਇੱਕ ਅਜਿਹੀ ਬਿਮਾਰੀ ਫੈਲ ਰਹੀ ਹੈ ਜੋ ਤੁਹਾਨੂੰ ਉਮਰ ਭਰ ਦੇ ਲਈ ਇਸ ਖੂਬਸੂਰਤੀ ਤੋਂ ਦੂਰ ਕਰ ਸਕਦੀ ਹੈ, ਇਸ ਦੁਨੀਆ ਦੀ ਖੂਬਸੂਰਤੀ ਦੇਖਣ ਤੋਂ ਦੂਰ ਕਰ ਸਕਦੀ ਹੈ। ਕਿਉਂਕਿ ਬੱਚੇ ਵੀ ਧੜੱਲੇ ਦੇ ਨਾਲ ਇਸ ਦੇ ਸ਼ਿਕਾਰ ਹੋ ਰਹੇ ਨੇ। ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਉਮਰ ਭਰ ਦੇ ਲਈ, ਤੁਸੀਂ ਇਸ ਰੰਗੀਨ ਦੁਨੀਆ ਨੂੰ, ਇਸ ਖੂਬਸੂਰਤ ਦੁਨੀਆ ਨੂੰ ਜਾਂ ਆਪਣਿਆਂ ਨੂੰ ਨਹੀਂ ਦੇਖ ਸਕੋਗੇ। ਅਜਿਹਾ ਕੁਝ ਹੋ ਰਿਹਾ ਜੋ ਕਿ ਵੱਡੀ ਚਿੰਤਾ ਦਾ ਸਬੱਬ ਬਣਿਆ ਹੋਇਆ। ਸੋ ਆਖਰ ਅਜਿਹੀ ਕਿਹੜੀ ਬਿਮਾਰੀ ਹੈ, ਬੱਚੇ ਕਿਵੇਂ ਇਸਦਾ ਸ਼ਿਕਾਰ ਹੋ ਰਹੇ ਨੇ ਤਾਂ ਕਿਵੇਂ ਅੱਖਾਂ ਦੀ ਰੋਸ਼ਨੀ ਜਾ ਰਹੀ ਹੈ, ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ। ਅਜਿਹੀਆਂ ਕਈ ਬਿਮਾਰੀਆਂ ਨੇ ਜਿਨ੍ਹਾਂ ਦਾ ਜਲਦੀ ਇਲਾਜ ਨਾ ਕੀਤਾ ਜਾਵੇ ਤਾਂ ਅੱਖਾਂ ਦੀ ਰੋਸ਼ਨੀ ਵੀ ਖੋ ਸਕਦੀਆਂ ਨੇ। ਅੱਖਾਂ ਦੀ ਅਜਿਹੀ ਹੀ ਇੱਕ ਬਿਮਾਰੀ ਆਟੋ ਇਮਿਊਨ ਯੂਵੇਟਿਸ ਹੈ ਜੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਸੇ ਦੀ ਵੀ ਅੱਖ ਦਾ ਸ਼ਿਕਾਰ ਹੋ ਰਿਹਾ। ਹਾਲਾਂਕਿ ਪਹਿਲੀ ਵਾਰ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਨਵੀਂ ਦਿੱਲੀ ਨੇ ਇਸ ਬਿਮਾਰੀ ਉੱਤੇ ਮਹੱਤਵਪੂਰਨ ਖੋਜ ਕੀਤੀ ਹੈ, ਜਿਸ ਦੇ ਨਾਲ ਨਾ ਸਿਰਫ ਇਸਦੀ ਪਛਾਣ ਕਰਨਾ ਆਸਾਨ ਹੋ ਜਾਵੇਗਾ ਸਗੋਂ ਇਸਦਾ ਇਲਾਜ ਵੀ ਬੇਹੱਦ ਆਸਾਨ ਹੋ ਜਾਵੇਗਾ। ਆਟੋਇਮਿਊਨ ਯੂਵੇਟਿਸ ਅਚਾਨਕ ਆਪਣੇ ਆਪ ਹੋ ਜਾਂਦਾ ਹੈ ਅਤੇ ਸਰੀਰ ਦੀ ਇਮਿਊਨ ਸਿਸਟਮ ਨੂੰ ਬਚਾਉਣ ਦੀ ਬਜਾਏ ਇਹ ਅੱਖਾਂ ਦੇ ਸਿਹਤਮੰਦ ਸੈੱਲਾਂ 'ਤੇ ਹਮਲਾ ਕਰਦਾ ਅਤੇ ਉਹਨਾਂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੰਦਾ। ਇਸ ਨਾਲ ਅੱਖਾਂ ਦੇ ਵਿੱਚ ਗੰਭੀਰ ਸੋਜ ਹੋ ਜਾਂਦੀ ਹੈ, ਦਰਦ ਦੇ ਨਾਲ ਨਾਲ ਅੱਖਾਂ ਦੇ ਵਿੱਚ ਲਾਲੀ ਆ ਜਾਂਦੀ ਹੈ, ਨਜ਼ਰ ਧੁੰਦਲੀ ਹੋ ਜਾਂਦੀ ਹੈ, ਰੋਸ਼ਨੀ ਵੱਲ ਦੇਖਣ ਦੇ ਵਿੱਚ ਦਿੱਕਤ ਹੁੰਦੀ ਹੈ, ਨਜ਼ਰ ਹੌਲੀ ਹੌਲੀ ਖਰਾਬ ਹੋਣ ਲੱਗ ਜਾਂਦੀ ਹੈ, ਅੱਖਾਂ ਦੇ ਸਾਹਮਣੇ ਕਾਲੇ ਪਨੀਆਂ, ਕਾਲੇ ਧੱਬੇ ਦਿਖਾਈ ਦਿੰਦੇ ਨੇ। ਦੱਸ ਦਈਏ ਕਿ ਜੇਕਰ ਇਸਦਾ ਜਲਦੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਤੁਹਾਨੂੰ ਪੂਰੀ ਤਰ੍ਹਾਂ ਦੇ ਨਾਲ ਅੰਨਾ ਵੀ ਬਣਾ ਸਕਦੀ ਹੈ। ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ, ਇਹ ਬਿਮਾਰੀ ਤੁਹਾਨੂੰ ਪੂਰੀ ਤਰ੍ਹਾਂ ਦੇ ਨਾਲ ਅੰਨਾ ਬਣਾ ਸਕਦੀ ਹੈ। ਪਹਿਲੀ ਵਾਰ ਬਾਇਓਟੈਕਨੋਲੋਜੀ ਵਿਭਾਗ ਅਤੇ ਦਿੱਲੀ ਏਮਸ ਦੇ ਨੇਤਰ ਵਿਗਿਆਨ ਵਿਭਾਗ ਨੇ ਸਾਂਝੇ ਤੌਰ 'ਤੇ ਇੰਨੇ ਵੱਡੇ ਪੱਧਰ 'ਤੇ ਆਟੋ ਇਮਿਊਨ ਯੂਵੇਟਿਸ 'ਤੇ ਅਧਿਐਨ ਕੀਤਾ। ਇਸ ਸੰਬੰਧੀ ਐਸੋਸੀਏਟ ਪ੍ਰੋਫੈਸਰ ਡਾਕਟਰ ਰੁਪੇਸ਼ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਸਾਡੇ ਸਰੀਰ ਦੇ ਵਿੱਚ ਦੋ ਤਰ੍ਹਾਂ ਦੇ ਸੈੱਲ ਹੁੰਦੇ ਨੇ, ਇੱਕ ਚੰਗੇ ਸੈੱਲ ਅਤੇ ਦੂਜੇ T17 ਸੈੱਲ, ਜਿਨ੍ਹਾਂ ਦੀ ਮੌਜੂਦਗੀ ਕਾਰਨ ਸੋਜ ਦੀ ਸਮੱਸਿਆ ਹੁੰਦੀ ਹੈ। ਏਮਸ ਨੇ ਪਹਿਲੀ ਵਾਰ ਲੈਬ ਦੇ ਵਿੱਚ ਜਾਂਚ ਕੀਤੀ ਕਿ ਇਹ ਦੋ ਸੈੱਲ ਅੱਖਾਂ ਦੇ ਵਿੱਚ ਮੌਜੂਦ ਤਰਲ ਪਦਾਰਥ ਵਿੱਚ ਵੀ ਮੌਜੂਦ ਨੇ ਜਾਂ ਨਹੀਂ, ਅਤੇ ਪਤਾ ਲੱਗਾ ਕਿ ਹਾਂ ਇਹ ਮੌਜੂਦ ਨੇ ਅਤੇ ਉਸੇ ਤਰ੍ਹਾਂ ਕੰਮ ਕਰਦੇ ਨੇ ਜਿਵੇਂ ਕਿ ਕਿਸੇ ਹੋਰ ਆਟੋ ਇਮਿਊਨ ਦੇ ਵਿੱਚ ਕੰਮ ਕਰ ਸਕਦੇ ਨੇ। ਡਾਕਟਰ ਰੁਪੇਸ਼ ਦਾ ਕਹਿਣਾ ਹੈ ਕਿ ਇਸ ਦੇ ਲਈ ਪਹਿਲੀ ਵਾਰ ਏਮਸ ਦੇ ਵਿੱਚ ਆਏ ਖਰਾਬ ਅੱਖਾਂ ਵਾਲੇ ਮਰੀਜ਼ਾਂ ਦੇ ਤਰਲ ਪਦਾਰਥ ਦੇ ਸੈਂਪਲ ਲਏ ਗਏ ਅਤੇ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ, ਜਿਸ ਦੇ ਵਿੱਚ ਇਹ ਪਾਇਆ ਗਿਆ ਕਿ T17 ਜਾਂ ਟ੍ਰੈਗ ਸੈੱਲ ਜੋ ਸੋਜਸ਼ ਨੂੰ ਵਧਾਉਂਦੇ ਨੇ ਅਸਲ ਦੇ ਵਿੱਚ ਇਸ ਤਰਲ ਦੇ ਵਿੱਚ ਵਧੇ ਹੋਏ ਨੇ। ਇਸ ਤੋਂ ਇਹ ਸਾਬਤ ਹੋ ਗਿਆ ਕਿ ਯੂਵੇਟਿਸ ਵੀ ਹੋਰ ਸਵੈ ਇਮਿਊਨ ਬਿਮਾਰੀਆਂ ਵਾਂਗ ਅੱਗੇ ਵੱਧਦਾ ਜਾ ਰਿਹਾ ਅਤੇ ਛੋਟੇ ਛੋਟੇ ਬੱਚੇ ਵੀ ਇਸਦੇ ਸ਼ਿਕਾਰ ਹੋ ਰਹੇ ਨੇ। ਜੇਕਰ ਤੁਹਾਨੂੰ ਲੱਗਦਾ ਕਿ ਅਜਿਹੀ ਕੋਈ ਸਮੱਸਿਆ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਜਾਂ ਤੁਹਾਡੇ
ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਆ ਰਹੀ ਹੈ ਤਾਂ ਜ਼ਰੂਰ ਜ਼ਰੂਰ ਜਲਦੀ ਤੋਂ ਜਲਦੀ ਡਾਕਟਰ ਦੇ ਨਾਲ ਸੰਪਰਕ ਕੀਤਾ ਜਾਏ, ਕਿਉਂਕਿ ਜੇਕਰ ਲੰਬੇ ਸਮੇਂ ਤੱਕ ਇਸਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਤੁਹਾਡੀ ਅੱਖਾਂ ਦੀ ਰੋਸ਼ਨੀ ਹਮੇਸ਼ਾ ਦੇ ਲਈ ਜਾ ਸਕਦੀ ਹੈ।